ਤੁਹਾਨੂੰ ਕਿਹਾ ਸੀਗਾ ਕਿ ਆਪਾਂ ਨੈਕਸਟ ਵੀਕ ਜਿਹੜਾ ਡਿਪਾਰਟਮੈਂਟ ਜਾਣਾ ਵਾ ਅਤੇ ਜੋ ਆਪਣੀ 41 ਘਾਟ ਭਰਤੀ ਦਾ ਜਿਹੜਾ ਪ੍ਰੋਸੈਸ ਹੈ ਵੀ ਉਹ ਕਿੱਥੇ ਕੁ ਪਹੁੰਚਿਆ ਕੀ ਚੱਲ ਰਿਹਾ ਉਹਦੇ ਵਿੱਚ ਉਹਦੀ ਸਾਰੀ ਅਪਡੇਟ ਆ ਜਿਹੜੀ ਤੁਹਾਨੂੰ ਉਹ ਵੀ ਦਿੱਤੀ ਜਾਊਗੀ। ਅੱਜ ਸਵੇਰ ਦੇ ਹੀ ਅਸੀਂ ਡਿਪਾਰਟਮੈਂਟ ਆਏ ਹੋਏ ਸੀਗੇ ਅਤੇ ਤੁਹਾਨੂੰ ਦੱਸ ਦਿਆਂ ਸ਼ੋਰਟ ਦੇ ਵਿੱਚ ਕਿ ਅੱਜ ਆਪਣੀ ਜਿਹੜੀ ਮੀਟਿੰਗ ਹੈ ਉਹ DPI ਸਾਹਿਬ ਨਾਲ ਹੋਈ ਹੈ ਔਰ ਭਰਤੀ ਬੋਰਡ ਦੇ ਵਿੱਚ ਹੋਈ ਹੈ ਔਰ ਤੀਜੀ ਮੀਟਿੰਗ ਆ ਜਿਹੜੀ ਆਪਣੀ CM ਹਾਊਸ ਦੇ ਵਿੱਚ CM ਸਾਹਿਬ ਦੇ ਜਿਹੜੇ PA ਸਾਹਿਬ ਨੇ ਉਹਨਾਂ ਨਾਲ ਜਿਹੜੀ ਮੀਟਿੰਗ ਆ ਹੁਣ ਸਿੱਧਾ ਉਹਨਾਂ ਨਾਲ ਮੀਟਿੰਗ ਜਿਹੜੀ ਕਰਕੇ ਅਸੀਂ ਇੱਥੇ ਭਰਤੀ ਬੋਰਡ ਪਹੁੰਚੇ ਸੀਗੇ। ਅਤੇ ਸਾਥੀਓ ਜਿਹੜੀ ਆਪਣੀ ਭਰਤੀ ਦਾ ਪ੍ਰੋਸੈਸ ਹੈ ਤੁਹਾਨੂੰ ਵੀ ਪਤਾ ਹੈ ਕਿ ਪ੍ਰੋਸੈਸ ਆਪਣਾ ਕਿੱਥੇ ਰੁਕਿਆ ਹੋਇਆ ਅਤੇ ਕਿਵੇਂ ਕੀ ਆ ਜਿਹੜਾ ਸਿਸਟਮ ਆ ਜਿਹੜਾ ਹੁਣ ਉਹ ਚੱਲ ਰਿਹਾ ਹੈਗਾ ਕਿਉਂਕਿ ਕੋਰਟ ਦਾ ਜਿਹੜਾ ਫੈਸਲਾ ਸੀਗਾ ਡਿਸਪੋਜ਼ ਆਫ ਹੋ ਚੁੱਕਿਆ ਸੀ ਆਪਾਂ ਨੂੰ ਸਭ ਨੂੰ ਪਤਾ ਹੈ। ਤਾਂ ਜਿਹੜਾ ਆਪਣਾ ਭਰਤੀ ਦਾ ਸਾਥੀਓ ਪ੍ਰੋਸੈਸ ਹੈ ਉਹ ਹੁਣ ਭਰਤੀ ਬੋਰਡ ਜਿਹੜਾ ਹੈਗਾ ਗਾ ਉਹ ਇੱਥੇ ਚੱਲ ਰਿਹਾ ਗਾ ਕਿਉਂਕਿ DPI ਆਫਿਸ ਦੇ ਵਿੱਚ ਜਿਹੜਾ ਆਪਣਾ ਪ੍ਰੋਸੈਸ ਚੱਲਣਾ ਸੀਗਾ ਉੱਥੇ ਸਟੇਸ਼ਨ ਅਲੋਟਮੈਂਟ ਹੋਣੀ ਸੀ। ਹੁਣ ਤੁਹਾਨੂੰ ਪਤਾ ਹੈ ਕਿ ਆਂਸਰ ਕੀ ਵਾਲਾ ਜਿਹੜਾ ਮਸਲਾ ਉਹ ਆਪਣਾ ਚੱਲ ਰਿਹਾ ਅਤੇ DPI ਸਾਹਿਬ ਨਾਲ ਜਿਹੜੀ ਅੱਜ ਮੀਟਿੰਗ ਹੋਈ ਆ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਛੇਤੀ ਤੁਹਾਡੀ ਜਿਹੜੀ ਅਪਾਇੰਟਮੈਂਟ ਸਟੇਸ਼ਨ ਜਿਹੜੇ ਅਲੋਟਮੈਂਟ ਹੈਗੇ ਨੇਗੇ ਉਹ ਅਸੀਂ ਤੁਹਾਨੂੰ ਕਰਨ ਜਾ ਰਹੇ ਹਾਂ, ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ। ਔਰ ਜਿਹੜੀ ਮੈਂ ਤੁਹਾਨੂੰ ਅਪਡੇਟ ਜਿਹੜੀ ਮੇਨ ਦਿੰਦਾ ਕਿ ਜੋ ਆਂਸਰ ਕੀ ਵਾਲਾ ਆਪਣਾ ਮਸਲਾ ਹੈਗਾ, ਆਂਸਰ ਕੀ ਵਾਲਾ ਮਸਲਾ ਸਾਥੀਓ ਉਹ ਇਹ ਡਿਪਾਰਟਮੈਂਟ ਤੋਂ ਆਪਾਂ ਨੂੰ ਜਾਣਕਾਰੀ ਮਿਲੀ ਆ ਕਿ 2-3 ਦਿਨਾਂ ਦੇ ਵਿੱਚ ਇੱਕ ਕਮੇਟੀ ਹੈ ਜਿਹੜੀ ਉਹ ਬਣਾਈ ਜਾਵੇਗੀ ਬਿਠਾਈ ਜਾਵੇਗੀ। ਕਮੇਟੀ ਕਿਵੇਂ ਵੀ ਜਿਹਦੇ ਵਿੱਚ ਆਂਸਰ ਕੀ ਨੂੰ ਲੈ ਕੇ ਜਿਹੜਾ ਹੈਗਾ ਗਾ ਡਿਸਕਸ਼ਨ ਆ ਜਿਹੜੀ ਉਹ ਹੋਊਗੀ ਵੀ ਜਿਹਦੇ ਵਿੱਚ ਜੋ ਵੀ ਆਂਸਰ ਕੀ ਨਾਲ ਰਿਲੇਟਡ ਏਜੰਸੀਜ਼ ਹੈਗੀਆਂ ਨੇ ਜਿਵੇਂ ਵੀ ਮਾਣਯੋਗ ਹਾਈਕੋਰਟ ਦੇ ਜਿਹੜੇ ਆਰਡਰ ਆਏ ਨੇ ਉਸ ਦੇ ਅਕੋਰਡਿੰਗ ਜਿਹੜੀਆਂ ਕਮੇਟੀਆਂ ਨੇ ਕਮੇਟੀ ਹੈ ਜਿਹੜੀ ਉਹ ਗਠਿਤ ਕੀਤੀ ਜਾਊਗੀ ਜਿਹਦੇ ਵਿੱਚ ਆਪਣੇ ਜਿਹੜੇ ਸੈਕਟਰੀ ਸਾਹਿਬ ਹੈਗੇ ਸੈਕਟਰੀ ਮੈਡਮ ਨੇ ਉਹ ਵੀ ਇਹਦੇ ਵਿੱਚ ਇਨਵੋਲਵ ਹੋਣਗੇ ਅਤੇ ਪੂਰਾ ਸਿੱਖਿਆ ਮਹਿਕਮਾ ਜਿਹੜਾ ਉਹ ਇਹਦੇ ਵਿੱਚ ਇਨਵੋਲਵ ਹੋਊਗਾ। ਤਾਂ ਉਹ ਕਮੇਟੀ ਦੇ ਵਿੱਚ ਜਿਵੇਂ ਵੀ ਮਤਲਬ ਕਿ ਬਣਦਾ ਫੈਸਲਾ ਕੋਰਟ ਦੇ ਡਿਸੀਜਨ ਦੇ ਅਕੋਰਡਿੰਗ ਜਿਹੜਾ ਹੈਗਾ ਉਹ ਲਿਆ ਜਾਊਗਾ। ਮਤਲਬ ਅੱਜ ਦੀ ਘੜੀ ਆਪਾਂ ਜੇਕਰ ਇਹ ਕਹਿ ਦਈਏ ਕਿ ਆਂਸਰ ਕੀ 100% ਰਿਵਾਈਜ਼ ਹੋਊਗੀ ਹੀ ਹੋਊਗੀ ਇਹਦੇ ਬਾਰੇ ਵੀ ਆਪਾਂ ਕਲੀਅਰ ਕੁਛ ਨਹੀਂ ਕਹਿ ਸਕਦੇ ਔਰ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਆਂਸਰ ਕੀ ਰਿਵਾਈਜ਼ ਨਹੀਂ ਹੁੰਦੀ ਕਿਉਂਕਿ ਉਹਦਾ ਕਾਰਨ ਤੁਸੀਂ ਕਹੋਗੇ ਕਿ ਦੋਨੇ ਗੱਲਾਂ ਕਿਵੇਂ, ਦੋਨੇ ਗੱਲਾਂ ਸਾਥੀ ਉਹ ਇਹ ਨੇ ਕਿ ਜਿਹੜੀ ਕਮੇਟੀ ਬਣਨੀ ਹੈ ਜਿਹੜੀ ਕਮੇਟੀ ਗਠਿਤ ਹੋਣੀ ਹੈ ਉਸ ਦੇ ਅਕੋਰਡਿੰਗ ਕਿਉਂਕਿ ਹਾਈਕੋਰਟ ਦੇ ਆਰਡਰਾਂ ਦੇ ਵਿੱਚ ਵੀ ਲਿਖਿਆ ਹੋਇਆ ਕਿ ਡਿਪਾਰਟਮੈਂਟ ਐਪਰੋਪ੍ਰੀਏਟ ਡਿਸੀਜਨ ਜਿਹੜਾ ਹੈਗਾ ਅਕੋਰਡਿੰਗ ਟੂ ਲੋ ਆ ਜਿਹੜਾ ਉਹ ਲਵੇ ਆਂਸਰ ਕੀ ਨੂੰ ਲੈ ਕੇ, ਇਹ ਮਾਣਯੋਗ ਹਾਈਕੋਰਟ ਦੇ ਆਰਡਰ ਨੇ। ਤਾਂ ਉਸਦੇ ਅਕੋਰਡਿੰਗ 2-3 ਦਿਨਾਂ ਦੇ ਵਿੱਚ ਜਿਹੜੀ ਇੱਥੋਂ ਜਾਣਕਾਰੀ ਮਿਲੀ ਆ ਕਿ 2-3 ਦਿਨਾਂ ਦੇ ਵਿੱਚ ਹੀ ਕਮੇਟੀ ਆ ਜਿਹੜੀ ਉਹ ਗਠਿਤ ਕੀਤੀ ਜਾਊਗੀ ਅਤੇ ਉਸ ਤੋਂ ਬਾਅਦ ਜਿਵੇਂ ਵੀ ਆਂਸਰ ਕੀ ਨੂੰ ਲੈ ਕੇ ਜਾਂ ਜਿਵੇਂ ਵੀ ਜਿਹੜਾ ਪ੍ਰੋਸੈਸ ਆ ਜਿਹੜਾ ਅੱਗੇ ਚਲੋ ਜਦੋਂ ਇੱਥੋਂ ਭਰਤੀ ਬੋਰਡ ਦੇ ਵਿੱਚੋਂ ਕੰਪਲੀਟ ਹੋ ਗਿਆ ਤਾਂ ਇਹਨਾਂ ਨੇ ਆਪਣਾ ਜਿਹੜਾ ਪ੍ਰੋਸੈਸ ਹੈਗਾ ਉਹ ਅੱਗੇ DPI ਆਫਿਸ ਆ ਜਿਹੜਾ ਉੱਥੇ ਭੇਜ ਦੇਣਾ ਤਾਂ ਉਸ ਤੋਂ ਅੱਗੇ ਜਿਹੜਾ ਸਟੇਸ਼ਨ ਅਲੋਟਮੈਂਟ ਦਾ ਜਿਹੜਾ ਕੰਮ ਆ ਉਹ ਚੱਲੂਗਾ ਸਾਥੀਓ। ਅਤੇ ਹੁਣ ਰਹੀ ਗੱਲ ਵੀ ਆਪਣੀ ਭਰਤੀ ਪੂਰੀ ਕਦੋਂ ਹੋਊਗੀ, ਸਟੇਸ਼ਨ ਅਲੋਟਮੈਂਟ ਕਦੋਂ ਹੋਣਗੇ, ਤਾਂ ਇਸ ਤੋਂ ਬਾਅਦ ਜਿਹੜੀ ਆਪਾਂ ਮੀਟਿੰਗ ਕੁਛ ਟਾਈਮ ਪਹਿਲਾਂ CM ਹਾਊਸ ਦੇ ਵਿੱਚ ਗਏ ਸੀ ਅਤੇ CM ਹਾਊਸ ਦੇ ਵਿੱਚ ਜੋ CM ਸਾਹਿਬ ਦੇ PA ਸਾਹਿਬ ਨੇ ਉਹਨਾਂ ਦੇ ਨਾਲ ਜਿਹੜੀ ਆਪਣੀ ਮੀਟਿੰਗ ਹੋਈ ਆ ਉਹਨਾਂ ਦੇ ਮਸਲਾ ਜਿਹੜਾ ਸਾਰਾ ਧਿਆਨ ਦੇ ਵਿੱਚ ਲਿਆਂਦਾ। ਵੈਸੇ ਤਾਂ ਹੁਣ ਦੇਖੋ ਮਸਲਾ ਤਾਂ ਆਪਣਾ ਇੰਨਾ ਹਾਈਲਾਈਟ ਹੋ ਚੁੱਕਿਆ ਕਿ ਸਾਰਾ ਮਸਲਾ ਉਹਨਾਂ ਦੇ ਧਿਆਨ ਦੇ ਵਿੱਚ ਆਲਰੇਡੀ ਹੋਊਗਾ, ਪਰ ਫਿਰ ਵੀ ਅਸੀਂ ਉਹਨਾਂ ਨੂੰ ਸਾਰੇ ਪੱਖ ਨੇ ਜਿਹੜੇ ਆਪਣੇ ਭਰਤੀ ਦੇ ਦੱਸੇ ਨੇ ਜੋ ਜੋ ਆਪਣੇ ਭਰਤੀ ਨੂੰ ਦਰਪੇਸ਼ ਚੁਣੌਤੀਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਬਾਰੇ ਵੀ ਉਹਨਾਂ ਕੋਲ ਚਾਨਣਾ ਪਾਇਆ ਗਾ ਖੁੱਲ੍ਹ ਕੇ ਅਤੇ ਉਹਨਾਂ ਨੇ ਆਪਾਂ ਨੂੰ ਇਹ ਭਰੋਸਾ ਦਿੱਤਾ ਕਿ ਬਹੁਤ ਛੇਤੀ ਮੈਂ ਤੁਹਾਡਾ ਜਿਹੜਾ ਇਹ ਮਸਲਾ ਹੈਗਾ ਸਿੱਧਾ ਮੁੱਖ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਉਣ ਜਾ ਰਹੇ ਹਾਂ। ਵੈਸੇ ਮੁੱਖ ਮੰਤਰੀ ਸਾਹਿਬ ਦੇ ਆਪਣਾ ਧਿਆਨ ਦੇ ਵਿੱਚ ਹੈਗਾ ਵੀ ਆ ਮਸਲਾ, ਪਰ ਫਿਰ ਵੀ ਆਪਣਾ ਫਰਜ਼ ਬਣਦਾ ਸੀਗਾ ਕਿ ਆਪਾਂ ਡਿਟੇਲ ਦੇ ਵਿੱਚ ਉਹਨਾਂ ਨੂੰ ਆਪਣੇ ਮਸਲੇ ਬਾਰੇ ਦੱਸੀਏ ਕਿਉਂਕਿ ਜੋ ਆਪਣਾ ਪਿੱਛੇ ਪ੍ਰੋਟੈਸਟ ਹੋਇਆ ਸੀਗਾ ਤੁਹਾਨੂੰ ਪਤਾ ਹੀ ਆ, ਉਸ ਤੋਂ ਬਾਅਦ ਆਪਣੇ CM ਸਾਹਿਬ ਦਾ ਵੀ ਬਿਆਨ ਆਇਆ ਸੀਗਾ ਕਿਉਂਕਿ ਜਿਨ੍ਹਾਂ ਨੂੰ ਆਫਰ ਲੈਟਰ ਮਿਲ ਚੁੱਕੇ ਆ ਉਹਨਾਂ ਨੂੰ ਕੋਈ ਖਤਰਾ ਨਹੀਂ ਹੈਗਾ ਵੀ ਬੜੀ ਛੇਤੀ ਹੀ ਅਸੀਂ ਸਕੂਲਾਂ ਦੇ ਵਿੱਚ ਭੇਜ ਦੇਵਾਂਗੇ। ਤਾਂ ਸਾਥੀਓ ਇੱਕ ਸਾਰੀਆਂ ਮੀਟਿੰਗਾਂ ਦੇ ਵਿੱਚੋਂ ਇੱਕ ਡੈਡਲਾਈਨ ਆਪਾਂ ਨੂੰ ਇਹ ਮਿਲੀ ਹੈ ਕਿ 31 ਮਾਰਚ 31 ਮਾਰਚ ਤੱਕ ਜਾਂ 31 ਮਾਰਚ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਸਕੂਲਾਂ ਦੇ ਵਿੱਚ ਭੇਜ ਦੇਣਾ ਵਾ ਸਾਥੀਓ। ਇਹ ਜਿਹੜੀ ਆਊਟਕਮ ਜਿਹੜੀ ਇੱਥੋਂ ਮਿਲੀ ਆ ਆਪਾਂ ਨੂੰ ਟੋਟਲੀ ਜਿੰਨੀਆਂ ਵੀ ਆਪਣੀਆਂ ਮੀਟਿੰਗਸ ਹੋਈਆਂ ਨੇਗੀਆਂ, ਕਿਉਂਕਿ ਕਿਸੇ ਤਰੀਕੇ ਨਾਲ ਆਪਾਂ ਸਿੱਖਿਆ ਮੰਤਰੀ ਜੀ ਦੇ PA ਸਾਹਿਬ ਨਾਲ ਵੀ ਰਾਬਤਾ ਜਿਹੜਾ ਉਹ ਬਣਾਇਆ ਸੀਗਾ, ਤਾਂ ਕੁੱਲ ਮਿਲਾ ਕੇ ਸਾਰੇ ਪਾਸਿਓਂ ਜਿਹੜੀ ਇਹ ਡੈਡਲਾਈਨ ਮਿਲੀ ਹੈ ਕਿ 31 ਮਾਰਚ ਤੋਂ ਪਹਿਲਾਂ ਪਹਿਲਾਂ ਜਾਂ 31 ਮਾਰਚ ਤੱਕ ਤੁਹਾਨੂੰ ਸਕੂਲਾਂ ਦੇ ਵਿੱਚ ਆ ਜਿਹੜਾ ਉਹ ਭੇਜਣਾ ਸਾਥੀਓ। ਅਤੇ ਹੁਣ ਰਹੀ ਗੱਲ ਦੂਸਰੀ ਸਾਥੀਓ ਕਿ ਆਪਾਂ ਜੋ ਪਿਛਲਾ ਆਪਾਂ ਰੋਸ ਪ੍ਰਦਰਸ਼ਨ ਕੀਤਾ ਸੀਗਾ ਸੰਗਰੂਰ ਦੇ ਵਿੱਚ ਤੁਹਾਨੂੰ ਪਤਾ ਹੈ
उस दे विच आपां नूं प्रशासन सरकार दे वल्लों इह भरोसा सीगा कि 10 तरीक तक जां कह लो कि मार्च दे दूजे हफ्ते तक जिहड़ा हैगा गा भी अपना जिहड़ा स्टेशन अलॉटमेंट की प्रक्रिया जिहड़ी उह शुरू हो जूगी। तां अज भी मेरे ख्याल दे विच 26 तरीक आ जां 27 तरीक जिहड़ी वी हैगी आ। और आपां इह गल लई जिहड़ी कही होई हैगी उत्थे केडर दे विच वी आपां कही आ, प्रशासन नूं वी ते सरकार नूं वी आपां इह गल कही आ कि असीं 10 तरीक तक वेट करांगे, क्योंकि जेकर 10 तरीक तो 10 तरीक तक जेकर कोई प्रोसैस शुरू हुंदा तां ही 10 5-7 दिनां दे विच जिहड़ा स्टेशन अलॉटमेंट दा जिहड़ा प्रोसैस आ उह कंप्लीट होऊगा। पर जिहड़ी डेडलाइन आ उह 31 मार्च वाली हैगी आ, ते आपां नूं चलो कितें ना कितें लगदा वी आ कि 31 मार्च तक जिहड़ा हैगा गा वी आपां स्कूलां दे विच चले जावांगे, क्योंकि सरकार ते आपां नूं कितें ना कितें भरोसा जिहड़ा उह करना पैणा, क्योंकि जो भी आपां नूं उहनां ने कहा सी कि 10 तरीक तक तुहाडा प्रोसैस आ जिहड़ा शुरू हो जाऊगा। सो साथीओ 10 तरीक तक आप वेट कर रहे हैं, अगर 10 तरीक तक कोई भी नोटिफिकेशन या कोई भी उस तरह का जिहड़ा हैगा गा वह नहीं आता, क्योंकि हजे दिन हजे भी काफ़ी पए ने गे, 10 तरीक दे विच हजे भी तुसीं मान लो भी 10 या 11 दिन है जिहड़े वह पए ने, तो अगर 10 तरीक तक कुछ ना आया साथीओ तो फिर 11 तरीक नूं हैगा जिहड़ा आपां दुबारा संगरूर दे विच रोस प्रदर्शन जिहड़ा वह करांगे, क्योंकि आपां इत्थे मीटिंगों के विच भी ये कहा कि सानू कोई शौक नहीं हैगा कि असीं रोस प्रदर्शन करिए स्कूलों के असी भी सड़कों के उपर आईए, क्योंकि अपना सारिया का यह भी असी छे तो छेती स्कूलों के जाइए तो जाके असी अपन सेवावान ने जड़िया वो देिए, क्योंकि इस चीज़ के लिए आप एक लंबा संघर्ष किया लंबा इंतजार किया गया। सो उम्मीद है कि सरकार अपना वादा जोड़ा अपने किया हो मार्च के दूजे हफ्ते तक जोड़ा आपू है वह प्रोसैस शुरू हो जूगा। और जो अज दीटिंग हुई ने गिया चाहे वह DPI ऑफिसर DPI साहब ना हुई है जो भर्ती बोर्ड के हुई है जो CM हाउस के CM साहब के PA साहब ना हुई है, तो उतो सारिया तो जो कंकलूजन ये निकलता कि मार्च की जी डेडलाइन आ 31 मार्च की जी डेडलाइन आपको मिली आ कि 31 मार्च तो पहला पहला तुम स्कूल भेजा, पर आप उस गलते खड़ा जो आपना रोस प्रदर्शन किया कि मार्च के दूजे हफ्ते प्रोसैस आ जोड़ा वह शुरू आ जोड़ा वो हो जाएगा गा। सो 10 तरीक तक जेकर अपना प्रोसैस शुरू हों चंकी गल आ कि अगर अपना कोई प्रोसैस शुरू हो जाएगा तो बहुत वधिया गल आ, अगर नहीं होगा तो साथी मैं तुहानू पहला भी कहा कि हले भी अपने को दिन है जिथे जेड़े भी आम आदमी पार्टी के MLA साहबान है उन्होंने मंग पत्र आ जोड़ा वो दिते जाक अपनी गल लैके जाई जाए। वैसे अपना जोड़ा हंगारा मंग पत्र का बहुत वधिया चल रहा, बहुत सारे साथी ने जोड़े अपने पद्धर से अपने अपने MLA साहबान मंग पत्र दे रहे हैं, क्योंकि जायज़ मंग आ बिल्कुल जायज़ मंग आ कि स्कूलों के भेजो जब सारा कुछ दिता ठीक थोड़ा पता ही है कि सारा मसला निपट गया तो हूँ जो भी है गा भी 2-3 दिनों के जोड़ा है कमेटी बन जूगी वो जो भी फैसला इन्होंने लैना वो ले लैणगे, क्योंकि उन्होंने भी उत्थे उपर राबता करके ही अपन कोई डेडलाइन आ जी दी सी 10 तरीक वाली। सो अगली जी गल है कि कुल मिला के बहुत सारे साथियों के मनों के खदशा भी आ जा डर भी आ कि कितने भर्ती ना कुछ हो जाए जा भर्ती किसी किस्म का कोई इदा ना हो जाए वह ना हो जाए। सो ये सारिया चीज़ों एक पासे कर दौ क्योंकि अपनी भर्ती बिल्कुल सेफ आ, खास करके सरकार आ जा डिपार्टमेंट आ वो पूरी तरह ये चीज़ को लेके सुहिरद ने कि आप छेती तो छेती स्कूलों के भेजीए। हाँ आपू भी लगता जेकर यह अपन पहले ही स्कूलों के भेजा जाता तो अच्छ शायद आ दिन आप ना देखना पैंता, चलो फिर भी आप कितना कितने कहने कि दुले वेर का कुछ नहीं बिगड़िया हले भी आप सेफ हाँ कोई चक्कर वाली गल नहीं। माणयोग हाईकोर्ट के वालों भी यह कहा गया कि